ਮੇਰਾ ਨਾਮ ਚਰਨਜੀਤ ਕੌਰ ਹੈ। ਹਾਂ, ਕਿਹੜੇ ਪਿੰਡ ਦੇ? ਮੈਂ ਪਿੰਡ ਸਾਧਾਂਵਾਲ ਦੀ ਰਹਿਣ ਵਾਲੀ ਹਾਂ। ਹਾਂ, ਤੇ ਦਲਿਤ ਪਰਿਵਾਰ ਨਾਲ ਸੰਬੰਧ ਰੱਖਦੀ ਹਾਂ। ਮੇਰੀ ਪੁਲਿਸ ਵੱਲੋਂ ਕੀ ਤੁਹਾਡੇ ਘਰ ਗੁੰਡਾਗਰਦੀ ਕੀਤੀ ਜਾ ਰਹੀ? ਪੁਲਿਸ ਸਾਡੇ ਘਰ ਆ ਕੇ ਸ਼ਰੇਆਮ ਗੁੰਡਾਗਰਦੀ ਕਰਦੀ ਹੈ ਤੇ ਸਾਡੇ ਨਾਲ ਧੱਕੇਬਾਜ਼ੀ ਵੀ ਕਰਦੇ ਆ ਤੇ ਗਾਲੀ ਗਲੋਚ ਵੀ ਦਿੰਦੇ ਆ। ਤੇ ਉਹ ਸਾਡੇ ਤੋਂ ਵੀ ਰਾਜੀਨਾਮੇ ਦੇ ਵੀ ਕਹਿੰਦੇ ਸੀ, ਰਾਜੀਨਾਮੇ ਦੇ ਸੈਨ ਕਰ, ਤੇ ਅਸੀਂ ਸੈਨ ਨਹੀਂ ਕਰਦੇ ਸੀਗੇ। ਤੇ ਕੁੱਟਮਾਰ ਵੀ ਸ਼ਰੇਆਮ ਕੀਤੀ ਜਾਂਦੀ ਹੈ। ਸਾਡੇ ਘਰ ਆ ਕੇ ਸਾਨੂੰ ਬਹੁਤ ਹੀ ਜ਼ਿਆਦਾ ਮਾੜਾ ਸ਼ਬਦ ਬੋਲੇ ਜਾਂਦੇ ਆ। ਕੌਣ ਹੈ, ਕੌਣ ਬੋਲਣ ਵਾਲਾ? ਇਹ ਐਸਆਈ ਹਰਦੇਵ ਸਿੰਘ। ਕਿੱਥੇ ਤਲਾਂ ਤਨਾਤ? ਕਿੱਥੇ ਕਿੱਥੇ? ਗੋਲੇ ਵਾਲੇ ਚੌਂਕੀ। ਅੱਛਾ, ਤੇ ਕੀ ਹੁਣ ਮੰਗ ਕੀ ਕਰਦਾ ਤੁਹਾਡੇ ਕੋਲ? ਹਾਂਜੀ, ਕੀ ਮੰਗ ਕਰਦਾ? ਇਹ ਮੰਗ ਸਾਡੇ ਤੋਂ ਪੈਸਾ ਨਹੀਂ ਮੰਗ ਕਰਦਾ ਕਿ ਤੁਸੀਂ ਸਾਨੂੰ ਮੈਨੂੰ ਪੈਸੇ ਦਿਓ, ਨਹੀਂ ਤਾਂ ਮੈਂ ਤੁਹਾਡੇ ਸਾਰੇ ਪਰਿਵਾਰ ਦੇ ਪਰਚੇ ਕੱਟ ਦੂੰਗਾ। ਨਜਾਇਜ਼ ਹੀ ਐਵੇਂ ਬਸ ਪਰਚੇ ਕੱਟੀ ਜਾਂਦਾ। ਇਹ ਆਉਂਦਾ ਕਦੋਂ? ਮਤਲਬ ਕੋਈ ਲੇਡੀ ਜਦੋਂ ਕੋਈ ਘਰੇ ਨਹੀਂ ਹੁੰਦਾ ਗਾ ਵੀ ਘਰੇ ਅਸੀਂ ਲੇਡੀਜ਼ ਹੁੰਦੇ ਹਾਂ ਤਾਂ ਉਦੋਂ ਘਰੇ ਆ ਜਾਂਦਾ ਇਹ। ਉਦੋਂ ਵੀ ਪੂਰੀ ਟੀਮ ਨਾਲ ਵੀ ਚੌਂਕੀ ਵਾਲੇ ਆ ਜਾਂਦੇ ਹੈਗੇ ਆ ਤੇ ਘਰੇ ਆ ਕੇ ਵੀ ਬਹੁਤ ਹੀ ਮਾੜੇ ਸ਼ਬਦ ਬੋਲਦੇ ਸਾਨੂੰ। ਤੇ 30,000 ਰੁਪਈਆ ਅਸੀਂ ਇਹਨੂੰ ਦਿੱਤਾ ਸੀਗਾ ਤੇ 20,000 ਰੁਪਈਆ ਹੋਰ ਦੀ ਇਹਨੇ ਮੰਗ ਕੀਤੀ ਸੀ ਸਾਡੇ ਤੋਂ। ਅਸੀਂ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਹੈਗੇ ਹਾਂ ਤੇ ਅਸੀਂ ਵਿਜੀਲੈਂਸ ਵਾਲਿਆਂ ਦੇ ਦਰਖਾਸਤ ਵੀ ਦਿੱਤੀ ਸੀਗੀ ਕਿ ਇਹ ਸਾਡੇ ਤੋਂ ਪੈਸਿਆਂ ਦੀ ਮੰਗ ਕਰਦਾ, ਪਰ ਸਾਡੀ ਉੱਧਰੋਂ ਵੀ ਕੋਈ ਸੁਣਵਾਈ ਨਹੀਂ ਹੋਈ ਗੀ ਅਜੇ ਤੱਕ। ਪਰੂਫ ਦਿੱਤੇ ਵਿਜੀਲੈਂਸ ਨੂੰ? ਹਾਂਜੀ, ਪਰੂਫ ਦਿੱਤੇ ਆ ਸਾਡੇ ਕੋਲ, ਉਹਦੀਆਂ ਹਰਦੇਵ ਦੀਆਂ ਰਿਕਾਰਡਿੰਗਾਂ ਵੀ ਹੈਗੀਆਂ। ਹਾਂਜੀ, ਹੁਣ ਕੀ ਮੰਗ ਕੀ ਤੁਹਾਡੀ ਸਰਕਾਰ ਤੋਂ? ਕੀ ਮੰਗ? ਸਾਡੀ ਮੰਗ ਇਹ ਹੈ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਹਰਦੇਵ ਸਿੰਘ ਤੇ ਕਾਰਵਾਈ ਕੀਤੀ ਜਾਵੇ। ਕਿਸ ਤਰ੍ਹਾਂ ਹਰਾਸਮੈਂਟ ਕੀਤੀ ਜਾ ਰਹੀ ਪੁਲਿਸ ਵੱਲੋਂ ਤੁਹਾਡੀ? ਮੈਂ ਜੀ ਵਿਜੀਲੈਂਸ ਕੋਲ ਨਾ ਦਰਖਾਸਤ ਦਿੱਤੀ ਸੀਗੀ ਹਰਦੇਵ ਸਿੰਘ ASI ਗੋਲੇ ਵਾਲਾ ਚੌਂਕੀ ਦਾ। ਇਹ ਪੈਸੇ ਮੰਗਦਾ ਸੀਗਾ 50,000 ਰੁਪਇਆ ਜੀ। ਮੈਂ ਕੱਲ ਜਾਂਦਾ ਪਿਆ ਸੀਗਾ ਫਰੀਦਕੋਟ ਜੀ, ਪਾਲ ਸਿੰਘ ਵਿਜੀਲੈਂਸ ਉਹਨਾਂ ਨੇ ਸੱਦਿਆ ਸੀਗਾ ਜੀ। ਉਹਨਾਂ ਕੋਲ ਕਹਿੰਦੇ ਆਪਦੇ ਪੈਸੇ ਲੈ ਜਾਓ, ਉੱਥੋਂ ਗੱਲ ਲੀਕ ਆਊਟ ਹੋ ਗਈ ਸੀਗੀ, ਉਹਨਾਂ ਨੇ ਕਰਤੀ। ਉਹ ਸਾਰੀਆਂ ਰਿਕਾਰਡਿੰਗਾਂ ਮੇਰੇ ਕੋਲ ਹੈਗੀਆਂ, ਹਜੇ ਵੀ ਉਹਨਾਂ 'ਤੇ ਕੋਈ ਕੇਸ ਦਰਜ ਨਹੀਂ ਹੋਇਆ ਗਾ। SSP ਬਠਿੰਡੇ ਨੇ ਹੁਣ ਸਾਨੂੰ ਸੋਮਵਾਰ ਸੱਦਿਆ ਜੀ, ਕੋਈ ਉਹਨਾਂ 'ਤੇ ਕਾਰਵਾਈ ਨਹੀਂ ਹੋਈ ਤੇ ਕਾਰਵਾਈ ਹੋਣੀ ਚਾਹੀਦੀ ਹੈ। ਜਿੱਦਾਂ ਵੀ ਮੈਨੂੰ ਵੇਂਹਦਾ ਗੱਡੀ ਮਗਰ ਲਾ ਲੈਂਦਾ, ਝੂਠੇ ਪਰਚਿਆਂ 'ਚ ਫਸਾਉਣਾ ਚਾਹੁੰਦਾ ਜੀ ਇਹ, ਸਾਨੂੰ ਇਨਸਾਫ ਦਵਾਇਆ ਜਾਵੇ ਜੀ। 2 ਝੂਠੇ ਪਹਿਲਾਂ ਪਰਚੇ ਮੇਰੇ ਵੱਡੇ ਭਰਾ 'ਤੇ, ਉਹਨਾਂ 'ਤੇ ਨਜਾਇਜ਼ ਦਿੱਤੇ ਜੀ, ਉਹਨੂੰ ਕਿ ਨਹੀਂ ਤਾਂ ਸਹੁੰ ਦੇਵੇ ਆਪਦੇ ਮੁੰਡੇ ਦੀ, ਜੇ ਨਹੀਂ ਦਿੱਤੇ ਤਾਂ ਜੀ। ਸਾਨੂੰ ਇਨਸਾਫ ਦਵਾਇਆ ਜਾਵੇ ਜੀ। ਕੀ ਮੰਗ ਕੀ ਕਰਦਾ? ਬਾਕੀ ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ, ਹਰਦੇਵ ਸਿੰਘ ਅਤੇ ਗੁਰਮੇਲ ਸਿੰਘ 'ਤੇ ਵੀ। ਠੀਕ। ਮੈਂ ਹਰਜੀਤ ਕੌਰ, ਪਿੰਡ ਸਾਧਾਂ ਵਾਲੇ ਰਹਿਣ ਵਾਲੀ। ਹਾਂਜੀ। ਅਤੇ ਮੇਰੇ ਘਰ ਦੇ ਵਿੱਚ ਆਏ ਮੁਲਾਜ਼ਮ ਝੂਠੇ ਪਰਚੇ ਦਰਜ ਕਰਨ, ਕਹਿੰਦੇ ਸੈਨ ਕਰੋ, ਅਸੀਂ ਸੈਨ ਨਹੀਂ ਕੀਤੇ। ਉਸ ਤੋਂ ਬਾਅਦ 'ਚ ਮੈਨੂੰ ਕਹਿੰਦੇ ਆਖੇ ਫੜੋ ਫੜੋ ਇਹਨੂੰ, ਹੁਣ ਮੇਰੇ ਤੋਂ ਨਾ ਬੈਠਾ ਜਾਂਦਾ ਨਾ ਉੱਠਿਆ ਜਾਂਦਾ, ਅਤੇ ਬਹੁਤ ਹੀ ਜ਼ਿਆਦਾ ਮੈਨੂੰ ਤਕਲੀਫ ਆ। ਅਤੇ ਅਸੀਂ ਵਿਜੀਲੈਂਸ 'ਚ ਵੀ ਦਰਖਾਸ਼ਤਾਂ ਦਿੱਤੀਆਂ, ਸਾਡੀ ਕੋਈ ਸੁਣਾਈ ਨਹੀਂ। ਉਹ ਕਾਹਦੇ ਲਈ ਦਿੱਤੀਆਂ ਤੁਸੀਂ ਵਿਜੀਲੈਂਸ? ਉਹ ਛੋਟੀ ਭੈਣ ਹਲੇ ਕੁਆਰੀ ਆ, ਵਿਆਹੀ ਨਹੀਂ ਜੀ, ਉਹਦੇ ਗਲ ਪੈ ਗਏ ਸੀ ਆ ਕੇ ਘਰ ਦੇ ਵਿੱਚ ਹੀ, ਅਸੀਂ ਮਗਰ ਭੱਜੇ। ਇਸ ਤਰ੍ਹਾਂ ਉਹਨਾਂ ਨੇ ਝੂਠਾ ਪਰਚਾ ਕਰਨ ਦੀ ਕੋਸ਼ਿਸ਼ ਕਰਕੇ ਕਹਿੰਦੇ ਸੈਨ ਕਰੋ। 1,000 ਦੀ ਮੰਗ ਕੀਤੀ ਸੀਗੀ, ਕਹਿੰਦੇ 50,000 ਰੁਪਈਆ ਦਿਓ। SI ਹਰਦੇਵ ਸਿੰਘ ਨੇ ਮੰਗ ਕੀਤੀ ਸੀ 30,000 ਰੁਪਈਆ, ਅਸੀਂ ਆਪਦੇ ਹੱਥੀਂ ਦੇ ਕੇ ਆਏ ਹਾਂ। 20,000 ਦੀ ਹੋਰ ਕਹਿੰਦਾ ਸੀ, 20,000 ਰੁਪਈਆ ਦਿਓ, ਨਹੀਂ ਤਾਂ ਤੁਹਾਡੇ ਸਾਰੇ ਪਰਿਵਾਰ 'ਤੇ ਪਰਚੇ ਦਰਜ ਕਰਾਂਗਾ। ਅਤੇ ਮੈਂ ਵੀ 30,000 ਰੁਪਈਆ ਦੇ ਆਉਂਦਾ ਅਤੇ 20,000 ਰੁਪਈਆ ਸਾਡੇ ਕੋਲ ਦਿੱਤਾ ਨਹੀਂ ਗਿਆ, ਨਜਾਇਜ਼ ਭਰਾ ਨੂੰ ਚੱਕ ਕਹਿੰਦੇ ਅਤੇ ਪਰਚਾ ਦਰਜ ਕਰਤਾ। ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ? ਕੀ ਮੰਗ ਕਰਦੇ? ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਵੀ ਇਹਨਾਂ ਦਾ, ਹਰਦੇਵ ਸਿੰਘ ਅਤੇ ਗੁਰਮੇਲ ਸਿੰਘ ਦਾ, ਵੀ ਸਾਨੂੰ ਇਹ ਇਨਸਾਫ ਦਵਾਇਆ ਜਾਵੇ, ਵੀ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ।